ਬੀਤੇ ਲਗਭਗ 4 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਦੇ ਚਲਦਿਆਂ ਨਗਰ ਕੌਂਸਲ ਗਿੱਦੜਬਾਹਾ ਦੇ ਸਮੂਹ ਸਫਾਈ ਸੇਵਕਾਂ ਨੇ ਅੱਜ ਕੌਂਸਲ ਦਫ਼ਤਰ ਵਿਖੇ ਧਰਨਾ ਦਿੰਦਿਆਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਸਮੂਹ ਵਰਕਰ ਕੰਮ ਛੱਡ ਹੜਤਾਲ ਤੇ ਚਲੇ ਗਏ ਨੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਬਾਬੀ ਨੇ ਕਿਹਾ ਕਿ ਕੌਂਸਲ ਦੇ ਸਫਾਈ ਸੇਵਕਾਂ ਦੇ ਦਰਜਾ 4 ਕਰਮਚਾਰੀਆਂ ਨੂੰ ਬੀਤੇ 4 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ, ਜਿਸ ਕਾਰਨ ਉਹਨਾਂ ਨੂੰ ਆਪਣੇ ਪਰਿਵਾਰ ਪਾਲਣੇ ਔਖੇ ਹੋ ਰਹੇ ਨੇ। ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ, ਜਿਸ ਕਾਰਨ ਮਜਬੂਰੀ ਵਿੱਚ ਅੱਜ ਉਹਨਾਂ ਨੂੰ ਹੜਤਾਲ ਤੇ ਜਾਣਾ ਪਿਆ। ਮੈਂ ਰਜੇਸ਼ ਕੁਮਾਰ, ਸਫਾਈ ਕਰਮਚਾਰੀ ਯੂਨੀਅਨ ਦਾ ਪ੍ਰਧਾਨ ਜੀ, ਤੁਹਾਡੇ ਵੱਲੋਂ ਅਰਜ਼ਾ ਕਰਦਾ ਜੀ, ਸਾਨੂੰ 4 ਮਹੀਨੇ ਕੋਈ ਤਨਖਾਹ ਨਹੀਂ ਮਿਲੀ ਅਤੇ ਮਤਲਬ ਪੂਰੇ ਪਰੇਸ਼ਾਨ ਆ ਅਸੀਂ। ਕੀ ਕਹਿੰਦੇ ਕੀ ਹੈ ਜਿਹੜੇ ਕਮੇਟੀ ਦੇ ਉੱਚ ਅਧਿਕਾਰੀ ਨੇ ਜਾਂ ਸਰਕਾਰ? ਉਹ ਕਹਿੰਦੇ ਵੀ ਸਰਕਾਰ ਕੋਈ ਪੈਸਾ ਭੇਜੂਗੀ ਤਾਂ ਅਸੀਂ ਤਨਖਾਹ ਦੇ ਦਾਂਗੇ, ਨਹੀਂ ਤਾਂ ਸਾਡੇ ਕੋਲ ਤਾਂ ਹੈ ਨਹੀਂ। ਕਦੋਂ ਤੋਂ ਕਹਿ ਰਹੇ ਕਿ ਫੰਡ ਨਹੀਂ ਆ? ਫੰਡ 4 ਮਹੀਨੇ ਹੋ ਗਏ ਸਾਨੂੰ ਤਨਖਾਹ ਨਹੀਂ ਮਿਲੀ, ਹਰ ਮਹੀਨੇ ਇਹੀ ਲਾਰਾ ਹੁੰਦਾ ਇਹਨਾਂ ਦਾ। ਇੱਕ 4 ਤਨਖਾਹ ਇੱਕ ਦੇ ਦਿੰਦੇ ਆ, 3 ਹੋ ਜਾਂਦੀ ਤੇ ਇੱਕ ਦੇ ਦਿੰਦੇ, ਐਂ ਬਸ ਐਂ ਹੀ ਰੱਖਦੇ ਸਰਕਲ। 2-3 ਤਨਖਾਹ ਸਾਡੀ ਪੈਂਡਿੰਗ ਹੀ ਰੱਖਦੇ ਆ ਮਹੀਨੇ ਦੀ। ਫॉर ਗੁੱਡ ਹੈਲਥ ਪਲੀਜ਼ ਸਬਸਕ੍ਰਾਈਬ A1 ਹੈਲਥ ਕੇਅਰ, ਫॉर ਬੈਟਰ 뮤직 ਸਬਸਕ੍ਰਾਈਬ A1 뮤직, ਫॉर ਬੈਸਟ ਇਨਫੋਰਮੇਸ਼ਨਲ ਪ੍ਰੋਗਰਾਮਸ ਪਲੀਜ਼ ਸਬਸਕ੍ਰਾਈਬ A1 ਪੰਜਾਬੀ ਟੀਵੀ, ਐਂਡ ਫॉर ਆਲ ਅਪਡੇਟਡ ਨਿਊਜ਼ ਪਲੀਜ਼ ਸਬਸਕ੍ਰਾਈਬ A1 뉴스।